ਵੈਲਕਮ ਵੈਲਕਮ ਬੈਕ ਹੋ ਗਿਆ ਜਨਾਬ, ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਤੁਹਾਡੇ ਕੋਲ ਜਨਾਬ। ਵੇਖਿਆ ਜੀ, ਇਨਸ਼ਾਅੱਲਾ ਮਜ਼ਾ ਆਏਗਾ। ਅਤੇ ਅੱਜ ਅੱਲਾ ਪਾਕ ਬੜੀ ਧੁੱਪ ਕੱਢੀ ਹੈ, ਬੜਾ ਮਜ਼ਾ ਆਇਆ। ਅਤੇ ਪਲੀਜ਼ ਯਾਰ, ਇਹ ਵੀਡੀਓ ਵੇਖ ਕੇ ਅਤੇ ਅੱਗੋਂ ਕੋਈ ਥੋੜ੍ਹਾ ਜਿਹਾ ਸਪੋਰਟ ਵੀ ਕਰੋ। ਵੀਡੀਓ ਬਣਾਈ ਦੀਆਂ ਤੁਹਾਨੂੰ ਇੰਟਰਟੇਨ ਕਰਨ ਵਾਸਤੇ, ਅਤੇ ਉਮੀਦ ਹੈ ਕਿ ਇਨਸ਼ਾਅੱਲਾ ਤੁਸੀਂ ਮਜ਼ਾ ਲਓਗੇ ਸਾਡੀਆਂ ਵੀਡੀਓ ਦਾ ਵੀ ਇਨਸ਼ਾਅੱਲਾ। ਅਤੇ ਬਸ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ। ਅੱਲਾ ਕੋਈ ਚਿਟਕਾ ਨਿਕਲਿਆ ਹੈ, ਕੁਝ ਝਟਕਾ ਨਿਕਲਿਆ ਮਾਸ਼ਾਅੱਲਾ। ਇਹ ਕੋਈ ਸੂਰਜ ਨੇ ਆਪਣਾ ਰੁੱਖ ਕੀਤਾ ਤਾਂ ਹੈ ਵੇ ਬੱਦਲਾਂ ਦੇ ਅੰਦਰ ਅੰਦਰ ਹੀ। ਅਤੇ ਜਾਨਵਰ ਵੀ ਮਾਸ਼ਾਅੱਲਾ ਇਹ ਹੁਣ ਬਿਲਕੁਲ ਕੱਢੇ ਨੇ, ਮੈਂ ਲੇਟ ਹੋ ਗਿਆ। ਅਤੇ ਅਲਹਮਦੁਲਿਲਾ ਬੜੀ ਬਿਹਤਰੀਨ ਪੁਜ਼ੀਸ਼ਨ ਵਿੱਚ ਨੇ ਹਾਲ ਦੀ ਗੜੀ 'ਤੇ ਮਾਸ਼ਾਅੱਲਾ। ਚੈੱਕ ਕਰੋ ਤੁਸੀਂ ਬੱਚੇ ਜਨਾਬ, ਫਰੈਸ਼, ਕਿਆ ਬਾਤ ਹੈ। ਆਹ ਹਾ ਹਾ, ਬੱਚੇ ਵੀ ਹੈਰਾਨ ਹੈ ਕਿ ਸੂਰਜ ਕਿਦੋਂ ਆ ਗਿਆ ਹੈ। ਮਾਸ਼ਾਅੱਲਾ ਬਹੁਤ ਪੁਜ਼ੀਸ਼ਨਾਂ ਬਿਹਤਰੀਨ, ਕਬੂਤਰ ਵੱਡੇ ਵੀ ਮਾਸ਼ਾਅੱਲਾ ਜ਼ਬਰਦਸਤ, ਐਕਟਿਵ, ਫੁੱਲ। ਮਾਸ਼ਾਅੱਲਾ ਚੈੱਕ ਕਰੋ ਤੁਸੀਂ, ਕਬੂਤਰ ਫੁੱਲ ਮਸਤ ਹੈ ਜੀ। ਇਹ ਜਨਾਬ ਸਾਡਾ ਲੂੰਡਾ ਹੈ, ਬਹੁਤ ਅੱਛਾ ਕਬੂਤਰ ਹੈ, ਪਰਵਾਜ਼ ਦੇ ਮੁਤਾਬਕ ਲਿਹਾਜ਼ ਨਾਲ ਬਹੁਤ ਅੱਛਾ। ਬਿਲਕੁਲ ਸੁੱਕੇ ਫਰੈਸ਼ ਨੇ, ਬਿਲਕੁਲ ਬਾਹਰ ਕੱਢ ਰਹੇ ਹਾਂ, ਲੈ ਚਲੋ ਜਨਾਬ ਬਾਹਰ। ਕੋਈ ਨਹੀਂ, ਅੰਦਰ ਤੁਹਾਡੇ ਨਾਲ ਕੋਈ ਰਿਹਾ ਨਹੀਂ ਹੈ। ਇਹ ਜਨਾਬ ਕਬੂਤਰ ਉੱਡਣ ਵਾਲੇ ਨੇ ਤੁਹਾਡੇ ਮਾਸ਼ਾਅੱਲਾ, ਜਿਹੜੇ ਹੁਣ ਪਟੀਣੇ ਨੇ ਇਹਨਾਂ ਵਿੱਚ ਤਿੰਨ ਕਬੂਤਰ ਜਿਹੜੇ ਨੇ, ਚਾਰੋ ਅਤੇ ਨੌ ਪਟੀਣੇ ਵਰਗੇ ਹੀ ਨੇ, ਅਤੇ ਬਾਕੀ ਜਿਹੜੇ ਨੇ ਉਹ ਸਾਰੇ ਪਟਣੇ ਨੇ। ਅਤੇ ਦੂਜੇ ਨੰਬਰ 'ਤੇ ਇਹ ਵੇ ਕਿ ਸਰਕਾਰੀ ਸਾਰੇ ਕੋਰੇ ਬਣਦੇ ਨੇ, 30 ਤੋਂ 35 ਕਬੂਤਰ। ਠੀਕ ਹੈ, ਇਹ ਵੇਖੋ, ਇਹ ਤੁਸੀਂ ਬਕਾਇਦਾ ਇਹਨਾਂ ਨੂੰ ਆਰਾਮ ਨਾਲ ਗਿਣਤੀ ਮਾਰ ਸਕਦੇ ਹੋ। ਇਹ ਕੋਈ 40 ਕੁ ਕਬੂਤਰ ਬਣਦੇ ਨੇ। ਠੀਕ ਹੈ, ਅਗਰ ਪ੍ਰੋਪਰ ਗਿਣ ਕੇ ਲੈ ਆਈਏ ਨਾ, ਅਤੇ ਫਿਰ ਇਹ 40 ਬਣਦੇ ਨੇ, ਜ਼ਿਆਦਾ ਨਹੀਂ ਬਣਦੇ। ਠੀਕ ਹੈ, ਇਹ ਮਾਸ਼ਾਅੱਲਾ ਇੱਧਰ ਬੱਚੇ ਨੇ 60, ਇੱਕ 60-62 ਬੱਚਾ ਹੈ ਮਾਸ਼ਾਅੱਲਾ। ਠੀਕ ਹੈ, ਅਤੇ ਵੱਡੇ ਕਬੂਤਰ ਜਿਹੜੇ ਨੇ ਉਹ ਥੋੜ੍ਹੇ ਹੀ ਨੇ। ਠੀਕ ਹੈ, ਉੱਧਰ ਕੋਈ 24-25 ਕਬੂਤਰ ਆਏ ਨੇ। ਠੀਕ ਹੈ, ਉਹ ਵੀ ਮਾਸ਼ਾਅੱਲਾ ਫੁੱਲ ਐਕਟਿਵ ਨੇ, ਬਹੁਤ ਮਸਤੀ ਵਿੱਚ ਕਬੂਤਰ ਨੇ ਮਾਸ਼ਾਅੱਲਾ ਸਾਰੇ। ਇੱਥੇ ਲੋਕ ਸਕ੍ਰੈਪਰ ਨਹੀਂ ਮਾਰਿਆ ਹੈ, ਕੋਈ ਨਾ ਇਤਨਾ ਕਚਰਾ ਹੈ, ਕੋਈ ਨਾ। ਮੈਂ ਕਿਹਾ ਸੁਬਹ ਮਾਰਾਂਗੇ, ਮੈਂ ਹੱਸ ਵੀ ਇਕੱਲਾ, ਇਸ ਕਰਕੇ ਨਾ ਥੋੜ੍ਹਾ ਕੰਮ ਜਿਹੜਾ ਹੀ ਉਹ ਜ਼ਿਆਦਾ ਹੀ। ਜਨਾਬ ਕਬੂਤਰ ਨੇ ਸਾਰੇ, ਠੀਕ ਹੈ, ਇਹਦੇ ਵਿੱਚ ਦੋ ਤਰੇ ਕਬੂਤਰ ਨੇ ਜਿਹੜੇ ਬਾਬੇ ਨੇ, ਇੱਕ ਲਕਵੇ ਵਾਲਾ ਹੈ ਪੱਠਾ ਜਿਹੜਾ। ਠੀਕ ਹੈ, ਇੱਕ ਉਹ ਵੱਡਾ ਜੌਂਸਰਾ ਜਿਹਾ ਕਬੂਤਰ ਹੈ ਵਿੱਚ ਬੋਲਦਾ ਪਿਆ, ਇਹ ਕਹਿ ਵੇ, ਅਤੇ ਦੋ ਫਿਰ ਉਹ ਨੇ
ਗਰਦ ਰੱਖੇ ਨੀਵੀਂ ਵਾਲੇ, ਉਹਨਾਂ ਤੋਂ ਇਲਾਵਾ ਬਾਕੀ ਸਾਰੇ ਕਬੂਤਰ ਪੱਟਣ ਵਾਲੇ ਹੀ ਨੇ, ਅਤੇ ਇਨਸ਼ਾਅੱਲਾ ਸਾਰਿਆਂ ਨੂੰ ਪੱਟਣਾ ਹੈ। ਠੀਕ ਹੈ, ਉਹਨੇ ਮਾਸ਼ਾਅੱਲਾ ਕਬੂਤਰ ਫੇਟਣਾ, ਕੋਈ ਮਸਲਾ ਨਹੀਂ ਆ। ਹੈਲਦੀ ਨੇ, ਐਕਟਿਵ ਨੇ, ਬੱਚੇ ਵੀ ਮਾਸ਼ਾਅੱਲਾ ਸਾਰੇ ਐਕਟਿਵ ਨੇ। ਦੇਖ ਲਓ, ਤੁਹਾਡੇ ਸਾਹਮਣੇ ਦਾਣਾ ਖਾ ਰਹੇ ਨੇ, ਇੰਜੋਏ ਕਰ ਰਹੇ ਨੇ। ਇਹ ਜਨਾਬ ਇਹਦੇ ਕਬੂਤਰ ਵੀ ਫੇਟਣਾ, ਦਾਣੇ ਦੀ ਮੰਡ ਕੱਢ ਰਹੇ ਨੇ। ਉਸਤਾਦਾਂ ਦਾ ਕਬੂਤਰ ਹੈ ਜਨਾਬ। ਅਤੇ ਬਾਕੀ ਇੱਕ ਮਿੰਟ ਮੈਂ ਕੁੰਡਾ ਖੋਲਦਾ, ਫੋਕਸ ਤਾਂ ਹੋਵੇਗਾ। ਇਹ ਜਨਾਬ ਹੈ ਕਬੂਤਰ ਨੇ, ਬਾਕੀ ਵਾਲੇ ਠੀਕ ਹੈ। ਚੈੱਕ ਕਰੋ ਤੁਸੀਂ, ਆਜ ਮਾਸ਼ਾਅੱਲਾ ਜਨਾਬ ਧੁੱਪ ਨਿਕਲ ਗਈ ਹੈ। ਕਬੂਤਰ ਹੈ ਕੋਈ ਦੋ ਚਾਰ ਬਾਹਰ ਵੀ ਨਿਕਲ ਗਏ ਧੱਕੇ ਮੁੱਕੀ ਨਾਲ। ਠੀਕ ਹੈ, ਆਹ ਵੀ ਖੋਲਿਆ। ਇਹ ਕਬੂਤਰ ਉੱਥੇ ਆਏ ਨੇ ਦੋ ਦਿਨ, ਠਾਪੇ ਠੁੱਪੇ ਮਾਰ ਰਹੇ ਨੇ, ਮਾਸ਼ਾਅੱਲਾ ਮਸਤੀਆਂ ਕਰ ਰਹੇ ਨੇ। ਅਤੇ ਇਹ ਕਬੂਤਰ ਮਾਸ਼ਾਅੱਲਾ ਹੈਪੀ ਹੋਏ ਨੇ। ਇਹ ਜਨਾਬ ਮਾਸ਼ਾਅੱਲਾ ਦੋ ਪਾਈ ਇੰਜੋਏ ਕਰ ਰਹੇ ਨੇ ਜਾਨਵਰ। ਮਾਸ਼ਾਅੱਲਾ ਸ਼ੁਕਰ ਹੈ ਕੋਈ ਧੁੱਪ ਨਿਕਲੀ ਹੈ, ਕੋਈ ਕਬੂਤਰ ਖੁਸ਼ ਹੋਏ ਨੇ ਮੇਰੇ। ਬੜਾ ਜਨਾਬ ਸਟੰਟ ਬਣ ਗਿਆ, ਸਟੰਟ ਬਣ ਗਿਆ ਜਨਾਬ। ਮੈਂ ਜਨਾਬ ਮਾਸ਼ਾਅੱਲਾ ਬਾਹਰ ਨਿਕਲ ਆਏ, ਮਸਤੀਆਂ ਕਰ ਰਹੇ ਨੇ, ਇੰਜੋਏ ਮਾਰ ਰਹੇ ਨੇ। ਅਤੇ ਥੱਲੇ ਵਾਲੇ ਕਬੂਤਰ ਵੀ ਆਏ, ਲੱਕੜ ਖੋਲਿਆ, ਥੋੜ੍ਹਾ ਉੱਡਣ ਫਿੱਡਣ ਲੱਗ ਪਏ ਨੇ। ਚਸ ਆਵੇਗੀ ਮਾਸ਼ਾਅੱਲਾ, ਥੋੜ੍ਹਾ ਖਿਆਲ ਰੱਖੀ। ਅਤੇ ਹੁਣ ਤਾਂ ਮੇਰਾ ਦਿਲ ਕਰ ਰਿਹਾ ਮੈਂ ਤਰਪਾਲ ਖੋਲ ਛੱਡਾਂ, ਲੇਕਿਨ ਅਜੇ ਇੰਨੀ ਜਲਦਬਾਜ਼ੀ ਨਹੀਂ ਕਰਨੀ।